ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਵੱਖ ਵੱਖ ਵਾਰਦਾਤਾਂ 'ਚ ਸ਼ਾਮਲ 5 ਲੋਕਾਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਹੈ। ਇੱਕ ਪੱਤਰਕਾਰ ਸੰਮੇਲਨ ਦੌਰਾਨ SSP ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਹੈ ਕਿ ਇਹਨਾਂ 'ਚੋਂ 3 ਲੁਟੇਰੇ ਭੱਜਣ ਵਿੱਚ ਸਫਲ ਹੋਏ ਹਨ। ਉਹਨਾਂ ਦੱਸਿਆ ਕਿ ਫੜੇ ਗਏ ਸਾਰੇ ਨੌਜਵਾਨ ਵੱਖ ਵੱਖ ਕੇਸਾਂ ਵਿੱਚ ਪੁਲਿਸ ਨੂੰ ਕਾਫ਼ੀ ਦੇਰ ਤੋਂ ਲੋੜੀਂਦੇ ਸਨ। ਉਹਨਾਂ ਦੱਸਿਆ ਹੈ ਕਿ ਵੱਖ ਵੱਖ ਬੈਂਕਾਂ ਵਿੱਚ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਹੈ। ਇਸ ਦੌਰਾਨ ਉਹਨਾਂ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਇਹ ਨੌਜਵਾਨ ਨਸ਼ੇ ਦੇ ਆਦੀ ਹਨ, ਜਿਸ ਕਰਕੇ ਵੱਡੀ ਤੋਂ ਵੱਡੀ ਵਾਰਦਾਤ ਵੀ ਥੋੜ੍ਹੇ ਹੀ ਸਮੇਂ ਵਿੱਚ ਕਰਨ ਵਿੱਚ ਮਾਹਿਰ ਹਨ। ਪੁਲਿਸ ਨੇ ਇਹਨਾਂ ਕੋਲੋਂ 3 ਚੋਰੀ ਦੀਆਂ ਗੱਡੀਆਂ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਵੀ ਬਹੁਤ ਦੇਰ ਤੋਂ ਸਾਡੇ ਆਲੇ ਦੁਆਲੇ ਮਾਝਾ ਜ਼ੋਨ ਦੇ ਵਿੱਚ, ਤਰਨ ਤਾਰਨ ਦੇ ਵਿੱਚ, ਮਜੀਠੇ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਨੂੰ ਗੈਂਗ ਅੰਜਾਮ ਦੇ ਰਿਹਾ ਸੀ। ਉਹਨਾਂ ਨੇ ਕਈ ਅਟੈਂਪਟ ਕੀਤੇ। ਸਭ ਤੋਂ ਪਹਿਲਾਂ ਉਹਨਾਂ ਨੇ ਗੱਡੀਆਂ ਖੋਹੀਆਂ, ਵੀਜ਼ਾ ਗੱਡੀ ਖੋਹੀ, PAP ਚੌਂਕ ਤੋਂ ਡਿਜ਼ਾਇਰ ਕਾਰ ਖੋਹੀ, ਮੋਟਰਸਾਈਕਲ ਵੀ ਉਹਨਾਂ ਕੋਲ ਖੋਏ ਹੋਏ ਹੋਣੇ ਆ ਸਾਰੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਜੁਵਲਰੀ ਸ਼ੋਪ 'ਤੇ ਤਰਨ ਤਾਰਨ ਢੰਡ ਕਸੇਰ ਪੈਰ ਦੇ ਵਿੱਚ ਗੋਲੀ ਮਾਰਤੀ, ਜੁਵਲਰੀ ਸ਼ੋਪ ਲੁੱਟੀ। ਜੁਵਲਰੀ ਸ਼ੋਪ ਤੋਂ ਬਾਅਦ ਉਹਨਾਂ ਨੇ ਐਕਸਿਸ ਬੈਂਕ ਲੁੱਟਿਆ। ਐਕਸਿਸ ਬੈਂਕ ਤੋਂ ਬਾਅਦ ਉਹਨਾਂ ਨੇ ਗੈਸ ਏਜੰਸੀ ਲੁੱਟੀ। ਗੈਸ ਏਜੰਸੀ ਤੋਂ ਬਾਅਦ ਫਿਰ ਉਹਨਾਂ ਨੇ ਕੈਸ਼ ਵੈਨ 'ਤੇ ਅਟੈਂਪਟ ਕੀਤਾ। ਫਿਰ ਉਹਨਾਂ ਨੇ ਪੰਜਾਬ ਨੈਸ਼ਨਲ ਬੈਂਕ 'ਤੇ ਅਟੈਂਪਟ ਕੀਤਾ। ਫਿਰ ਕੈਸ਼ ਵੈਨ ਦੇ ਮਗਰ ਕਾਫੀ ਗੋਲੀਬਾਰੀ ਚੱਲੀ ਉਹਨਾਂ ਦੀ। ਉਸ ਤੋਂ ਬਾਅਦ ਉਹਨਾਂ ਨੇ ਇੱਥੇ ਅਲੀਸ਼ਾ ਗੈਸ ਨੂੰ ਲੁੱਟਿਆ। ਕਈ ਤਰ੍ਹਾਂ ਦੀ ਇੱਦਾਂ ਦੀਆਂ ਵਾਰਦਾਤਾਂ, ਬੈਂਕ ਲੁੱਟਣਾ, ਗੈਸ ਲੁੱਟਣਾ ਅਤੇ ਪਿਸਤੌਲ ਤਾਂ ਗੋਲੀ ਚਲਾਉਣੀ, ATM ਵੀ ਪੱਟੀ 'ਤੇ ਤੋੜਿਆ। ਘੱਟੋ ਘੱਟ 9 ਵਾਰਦਾਤਾਂ ਤਾਂ ਉਹ ਹੁਣ ਤੱਕ ਮੰਨ ਚੁੱਕੇ ਹੈ। 10ਵੀਂ ਵਾਰਦਾਤ ਹਾਲੇ ਹੋਣੀ ਸੀ ਅਤੇ ਉਹ ਵੀ ਅਸੀਂ, ਕਿਉਂਕਿ ਆਲਰੇਡੀ ਉਹਨਾਂ ਦੇ ਮਗਰ ਲੱਗੇ ਹੋਏ ਸੀ ਅਤੇ ਸਾਡੇ ਸੋਰਸਿਸ ਰਾਹੀਂ ਸਾਨੂੰ ਪਤਾ ਲੱਗ ਗਿਆ ਵੀ ਉਹ ਉੱਥੇ ਇਸ ਇਲਜ਼ਾਮ ਨੂੰ ਇਸ ਜਿਹੜੀ ਹੋਰ ਇੱਕ ਬੈਂਕ ਦੀ ਬਿਆਸ ਦੇ ਵਿੱਚ ਅੰਜਾਮ ਦੇਣਗੇ। ਅਤੇ ਇਸ ਤੋਂ ਪਹਿਲਾਂ ਕਿ ਉਹ ਸਾਰਾ ਕੁਝ ਕਰਦੇ ਸੀ, ਉਹਨਾਂ ਨੂੰ ਉੱਥੇ ਫੜ ਲਿਆ ਅਤੇ ਜਿਹਦੇ ਵਿੱਚੋਂ 3 ਬੰਦੇ ਭੱਜ ਗਏ ਆ, ਬਾਕੀ ਸਾਰੇ 5 ਦੇ 5 ਅਸੀਂ ਫੜ ਲਏ। ਬਿਊਰੋ ਰਿਪੋਰਟ, ਪੰਜਾਬ ਟੂਡੇ।